ਗੁਰਨਾਮ ਪੁੱਲਰ ਦੇ ਫੈਨਸ ਦੇ ਲਈ ਖਾਸ ਅਪਡੇਟ ਆਈ ਸਾਹਮਣੇ। ਜੀ ਹਾਂ, ਗੁਰਨਾਮ ਪੁੱਲਰ, ਮਾਹੀ ਸ਼ਰਮਾ ਤੇ ਪ੍ਰਾਂਜਲ ਦਹੀਆ ਦੀ ਆਉਣ ਵਾਲੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਜਲਦੀ ਹੀ ਹੋਵੇਗੀ ਰਿਲੀਜ਼। ਫਿਲਮ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ। ਜੀ ਹਾਂ, ਰੀਸੈਂਟਲੀ ਗੁਰਨਾਮ ਪੁੱਲਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਆਉਣ ਵਾਲੇ ਗੀਤ ਦੇ ਪੋਸਟਰ ਨੂੰ ਸਾਂਝਾ ਕਰ ਦਿੱਤਾ ਗਿਆ। ਇਸ ਪੋਸਟਰ ਦਾ ਨਾਮ ਹੈ ਤੇਰੇ ਵਰਗਾ ਇਸ਼ਕ। ਇਸ ਗੀਤ ਦੇ ਪੋਸਟਰ ਦੇ ਵਿੱਚ ਅਸੀਂ ਗੁਰਨਾਮ ਪੁੱਲਰ, ਮਾਹੀ ਸ਼ਰਮਾ ਤੇ ਪ੍ਰਾਂਜਲ ਦਹੀਆ ਨੂੰ ਦੇਖ ਸਕਦੇ ਹਾਂ। ਤਿੰਨੋ ਹੀ ਸਾਨੂੰ ਇਸ ਗੀਤ ਦੇ ਪੋਸਟਰ ਦੇ ਵਿੱਚ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਵਨ ਐਂਡ ਓਨਲੀ ਗੁਰਨਾਮ ਪੁੱਲਰ ਨੇ। ਜੇਕਰ ਗੱਲ ਕਰੀਏ ਲਿਰਿਕਸ ਦੀ ਤੇ ਇਸ ਗੀਤ ਦੇ ਲਿਰਿਕਸ ਨੂੰ ਲਿਖਿਆ ਹੈ ਸਿੰਘਜੀਤ ਚਣਕੋਈਆ ਨੇ। ਜੀ ਹਾਂ, ਸਿੰਘਜੀਤ ਚਣਕੋਈਆ ਦੇ ਵੱਲੋਂ ਤੇਰੇ ਵਰਗਾ ਇਸ ਗੀਤ ਦੇ ਲਿਰਿਕਸ ਨੂੰ ਲਿਖਿਆ ਗਿਆ ਹੈ ਤੇ ਇਸ ਗੀਤ ਦੀ ਕੰਪੋਜੀਸ਼ਨ ਦਾ ਕ੍ਰੈਡਿਟ ਜਾਂਦਾ ਹੈ ਗੁਰਨਾਮ ਪੁੱਲਰ ਨੂੰ। ਯਾਨੀ ਕਿ ਸਿੰਗਰ ਤੇ ਕੰਪੋਜ਼ਰ ਨੇ ਗੁਰਨਾਮ ਪੁੱਲਰ ਤੇ ਲਿਰਿਸਿਸ ਨੇ ਸਿੰਘਜੀਤ ਚਣਕੋਈਆ ਤੇ ਮਿਊਜ਼ਿਕ ਹੈ ਜੀ ਗੁਰੀ ਦਾ। ਅਸੀਂ ਕਿ ਇਸ ਗੀਤ ਨੂੰ ਜਲਦੀ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਪਰਸੋਂ ਯਾਨੀ ਕਿ 18 ਜੁਲਾਈ ਨੂੰ ਇਹ ਗੀਤ ਰਿਲੀਜ਼ ਹੋਣ ਵਾਲਾ ਹੈ। ਅਸੀਂ ਕਿ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਦਾ ਨਵਾਂ ਗੀਤ ਹੈ ਜੋ ਕਿ 9 ਅਗਸਤ ਨੂੰ ਯਾਨੀ ਕਿ ਅਗਲੇ ਮਹੀਨੇ 9 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇ ਰਹੀ ਹੈ। ਇਸ ਫਿਲਮ ਦੇ ਵਿੱਚ ਸਾਨੂੰ ਗੁਰਨਾਮ ਪੁੱਲਰ, ਮਾਹੀ ਸ਼ਰਮਾ ਤੇ ਪ੍ਰਾਂਜਲ ਦਹੀਆ ਦਾ ਟ੍ਰਾਇਓ ਨਜ਼ਰ ਆ ਰਿਹਾ ਹੈ। ਇੱਕ ਲਵ ਟ੍ਰਾਇੰਗਲ ਵਾਲੀ ਫਿਲਮ ਹੈ ਜਿਸ ਦੇ ਟੀਜ਼ਰ ਟ੍ਰੇਲਰ ਨੇ ਦਰਸ਼ਕਾਂ ਨੂੰ ਕਾਫੀ ਇੰਪ੍ਰੈਸ ਕੀਤਾ ਹੈ। ਇਸ ਫਿਲਮ ਦੇ ਗੀਤਾਂ ਨੇ ਵੀ ਦਰਸ਼ਕਾਂ ਦਾ ਕਾਫੀ ਪਿਆਰ ਖੱਟਿਆ। ਸੋ ਹੁਣ ਫਾਈਨਲੀ 9 ਅਗਸਤ 2024 ਯਾਨੀ ਅਗਲੇ ਮਹੀਨੇ 9 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੱਗਣ ਜਾ ਰਹੀ ਹੈ। ਤੁਸੀਂ ਇਸ ਫਿਲਮ ਨੂੰ ਵੇਖਣ ਦੇ ਲਈ ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਦੱਸ ਸਕਦੇ ਹੋ। ਅਸੀਂ ਇਸ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਓਮਜੀ ਸਿਨੇ ਵਰਲਡ ਐਂਡ ਡਾਇਮੰਡ ਸਟਾਰ ਵਰਲਡ ਵਾਈਡ। ਫਿਲਮ ਦੀ ਕਹਾਣੀ ਨੂੰ ਪ੍ਰੀਤ ਸੰਘਰੇੜੀ ਦੇ ਵੱਲੋਂ ਲਿਖਿਆ ਗਿਆ। ਮਾਹੀ ਸ਼ਰਮਾ, ਪ੍ਰਾਂਜਲ ਦਹੀਆ ਤੇ ਗੁਰਨਾਮ ਪੁੱਲਰ ਸਟਾਰਿੰਗ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਮਨਵੀਰ ਬਰਾੜ ਨੇ। ਫਿਲਮ ਦੇ ਪ੍ਰੋਡਿਊਸਰ ਨੇ ਆਸ਼ੂ ਮੁਨੀਸ਼ ਸਾਹਨੀ ਐਂਡ ਗੁਰਨਾਮ ਪੁੱਲਰ। ਯਾਨੀ ਕਿ ਇਹ ਫਿਲਮ ਡਾਇਮੰਡ ਸਟਾਰ ਵਰਲਡ ਵਾਈਡ ਐਂਡ ਓਮਜੀ ਸਿਨੇ ਵਰਲਡ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ। ਸੋ ਇਸਦਾ ਗੀਤ ਪਰਸੋਂ ਯਾਨੀ ਕਿ 18 ਜੁਲਾਈ ਨੂੰ ਰਿਲੀਜ਼ ਹੋਵੇਗਾ। ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।